ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕ ਘਰਾਂ ਵਿੱਚ ਬੰਦ ਹਨ ਤਾਂ ਇਸ ਦਰਮਿਆਨ ਲੋਕਾਂ ਨੂੰ ਲੰਗਰ ਪਹੁੰਚਾਉਣ, ਰਸਦ ਦਾ ਸਮਾਨ ਪਹੁੰਚਾਉਣ ਅਤੇ ਲੋੜਵੰਦਾਂ ਦੀ ਮਦਦ ਦਾ ਜ਼ਿੰਮਾ ਗੁਰੂ ਦੇ ਸਿੱਖਾਂ ਨੇ ਸਾਂਭਿਆ ਹੋਇਆ। ਦੁਨੀਆ ਦੇ ਕੋਨੇ-ਕੋਨੇ ਤੋਂ ਤੁਸੀਂ ਇਹ ਤਸਵੀਰਾਂ ਵੇਖੀਆਂ ਹੋਣਗੀਆਂ। ਇਹ ਤਸਵੀਰਾਂ ਦਿੱਲੀ ਦੇ ਰੈੱਡ ਲਾਈਟ ਏਰੀਏ ਜੀਬੀ ਰੋਡ ਦੀਆਂ ਹਨ। ਚਹਿਲ ਪਹਿਲ ਵਾਲੇ ਇਸ ਇਲਾਕੇ ਵਿੱਚ ਲੌਕਡਾਊਨ ਤੋਂ ਬਾਅਦ ਸੁੰਨ ਪਸਰੀ ਹੈ ਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸੈਕਸ ਵਰਕਰ ਅਤੇ ਉਹਨਾਂ ਦੇ ਪਰਿਵਾਰ ਸਾਹਮਣੇ 2 ਟਾਈਮ ਦੀ ਰੋਟੀ ਦਾ ਸੰਕਟ ਖੜਾ ਹੋ ਗਿਆ ਹੈ। ਉਹਨਾਂ ਦੀ ਮਦਦ ਦਾ ਹੱਥ ਵਧਾਇਆ ਹੈ ਕੌਮਾਂਤਰੀ ਸਿੱਖ ਜਥੇਬੰਦੀ ਯੂਨਾਈਟਿਡ ਸਿੱਖ ਵੱਲੋਂ। ਯੂਨਾਈਟਿਡ ਸਿੱਖ ਦੇ ਵਲੰਟੀਅਰ ਇੱਥੇ ਰੋਜ਼ ਰਸਦ ਸਮਾਨ ਪਹੁੰਚਾ ਰਹੇ ਹਨ, ਲੋੜਵੰਦਾਂ ਦਾ ਸਹਾਰਾ ਬਣ ਰਹੇ ਹਨ, ਭੁੱਖਿਆਂ ਦਾ ਢਿੱਡ ਭਰ ਰਹੇ ਹਨ। ਨਾਲ ਹੀ ਪੂਰੇ ਇਲਾਕੇ ਨੂੰ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ। ਮੌਜੂਦਾ ਹਾਲਾਤਾਂ ਵਿੱਚ ਜਦੋਂ ਲੌਕਡਾਊਨ ਦੀ ਤਾਰੀਖ ਅੱਗੇ ਤੋਂ ਅੱਗੇ ਪੈ ਰਹੀ ਹੈ ਤਾਂ ਇਹਨਾਂ ਲੋਕਾਂ ਲਈ 2 ਡੰਗ ਦੀ ਰੋਟੀ ਦਾ ਸੰਕਟ ਖੜਾ ਹੋ ਗਿਆ ਸੀ। ਸਰਕਾਰ ਫੈਸਲਾ ਸੁਣਾ ਪਰਦੇ ਦੇ ਓਲੇ ਚਲੀ ਗਈ ਪਰ ਇਹਨਾਂ ਦੇ ਚੁੱਲ੍ਹੇ ਠੰਡੇ ਪੈਣ ਲੱਗੇ ਤਾਂ ਯੂਨਾਈਟਿਡ ਸਿੱਖ ਜਥੇਬੰਦੀ ਇਹਨਾਂ ਲਈ ਮਸੀਹਾ ਬਣ ਕੇ ਬੌੜੀ। ਯੂਨਾਈਟਿਡ ਸਿੱਖ ਦੇ ਵਲੰਟੀਅਰ ਇੱਥੇ ਰਸਦ ਲੈ ਕੇ ਪਹੁੰਚ ਰਹੇ ਹਨ, ਖੁਦ ਰਸਦ ਵੰਡ ਰਹੇ ਹਨ, ਨਾਲ ਹੀ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਵੀ ਦੇ ਰਹੇ ਹਨ ਕਿ ਹਾਲਾਤ ਕੁਝ ਵੀ ਹੋਣ, ਉਹ ਹਮੇਸ਼ਾ ਮਨੁੱਖਤਾ ਦੀ ਭਲਾਈ ਦੇ ਇਸੇ ਸ਼ਿੱਦਤ ਨਾਲ ਲੱਗੇ ਰਹਿਣਗੇ। ਹਾਂਜੀ ਵੀਰ ਜੀ, ਭਾਈ ਖਾਲਸਾ ਭਾਈ ਫਤਿਹ ਜੀ, ਮੈਂ ਪ੍ਰੀਤਮ ਸਿੰਘ ਦਾਸ, ਯੂਨਾਈਟਿਡ ਸਿੱਖ ਡਾਇਰੈਕਟਰ ਨਾਰਥ ਇੰਡੀਆ ਵਿੱਚ। ਅਸੀਂ ਜਿਹੜਾ ਸਾਡੇ ਕੋਲ ਨਾ ਹੋਰ NGOs ਜਿਹੜੀਆਂ ਕੰਮ ਕਰਦੀਆਂ ਨੇ ਰੈੱਡ ਲਾਈਟ ਏਰੀਆ ਦੇ ਅੰਦਰ, ਉਹਨਾਂ ਕੋਲੋਂ ਰਿਕੁਐਸਟ ਆਈ ਸੀ ਸਾਡੇ ਕੋਲ ਕਿ ਇਸ ਤਰ੍ਹਾਂ ਉੱਥੇ ਜਿਹੜੇ ਹੈਗੇ ਨੇ ਜਿਹੜੇ ਰੈੱਡ ਲਾਈਟ ਏਰੀਆ ਅੰਦਰ ਹੈਗੇ ਨੇ ਸੈਕਸ ਵਰਕਰਸ ਨੇ, ਉਹਨਾਂ ਨੂੰ ਰਾਸ਼ਨ ਦੀ ਰਿਕੁਆਇਰਮੈਂਟ ਹੈਗੀ ਤੇ ਕੁੱਕ ਫੂਡ ਤੇ ਕੋਈ ਸੰਸਥਾ ਹੈਗੀ ਨੇ ਉਹ ਦੇ ਰਹੇ ਨੇ, ਬਟ ਰਾਸ਼ਨ ਨਹੀਂ ਹੈਗਾ ਉਹਨਾਂ ਕੋਲ ਬਿਲਕੁਲ ਵੀ। ਤੇ ਫਿਰ ਅਸੀਂ ਉੱਥੇ ਲੋਕਲ ਜਿਹੜਾ SHO ਸੀ, ਕਮਲਾ ਮਾਰਕੀਟ ਦਾ SHO ਸੀਗਾ, ਕਮਲਾ ਮਾਰਕੀਟ ਦਾ SHO ਸੀਗਾ, ਉਹਨਾਂ ਨਾਲ ਜਾ ਕੇ ਅਸੀਂ ਕੀਤਾ ਤੇ ਕੋਆਰਡੀਨੇਟ ਕਰਕੇ ਤੇ ਅਸੀਂ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਅੱਗੇ ਤਕਰੀਬਨ 8656 ਵਰਕਰ ਸੀਗੇ ਉੱਥੇ ਵੀ ਜੀ, ਉਹਨਾਂ ਦੇ ਨਾਲ ਆਪਾਂ ਕੋਆਰਡੀਨੇਟ ਕੀਤਾ ਤੇ ਅਸੀਂ ਟੋਟਲ ਫੈਮਲੀਆਂ ਸੀ 210 ਫੈਮਲੀ ਹੈਗੀਆਂ ਸੀਗੀਆਂ, 210 ਸੀਗੇ ਉੱਥੇ ਉਹਨਾਂ ਦੇ ਕੋਠੇ ਜਿਹੜਾ ਉਹਨਾਂ ਦਾ ਲੈਟ ਸਿਸਟਮ, ਤੇ ਅਸੀਂ ਉਹਦੇ ਅਕੋਰਡਿੰਗ ਆਪਾਂ ਸਾਰਾ ਕੀਤਾ। ਫਿਰ ਅਸੀਂ ਉਹਨਾਂ ਨੂੰ 210 ਫੈਮਲੀਆਂ ਨੂੰ ਫੀਡ ਕੇਅਰ ਕਰਕੇ ਤੇ ਅਸੀਂ ਸਾਡਾ ਜਿਹੜਾ ਰਾਸ਼ਨ ਸੀਗਾ ਉਹ ਤਕਰੀਬਨ 5 ਬੰਦਿਆਂ ਦਾ 10 ਦਿਨ ਦਾ ਰਾਸ਼ਨ ਸੀਗਾ ਜਿਹੜਾ ਅਸੀਂ ਪੈਕ ਦਿੱਤਾ ਉੱਥੇ, 210 ਪੈਕਟ ਦਿੱਤੇ ਅਸੀਂ ਉਹਨਾਂ ਨੂੰ ਉੱਥੇ ਡਿਸਟ੍ਰੀਬਿਊਟ ਕਰਕੇ ਆਏ ਸੀ। ਵੀਰ ਜੀ, ਇਸ ਦੇ ਇਲਾਵਾ ਸਾਡਾ ਫਰੀਦਾਬਾਦ ਦੇ ਅੰਦਰ ਚੱਲ ਰਿਹਾ ਮਹਾਰਾਜ ਦੀ ਕਿਰਪਾ ਨਾਲ, ਹੋਰ ਤਿਲਕ ਨਗਰ ਦੇ ਅੰਦਰ ਸਾਡਾ ਹੈਗਾ ਹੈ ਤੇ ਅਸੀਂ ਆਪਾਂ ਹੁਣੇ ਚੰਦਰ ਵਿਹਾਰ ਦੇ ਅੰਦਰ ਅਸੀਂ ਅਫਗਾਨ ਫੈਮਲੀਜ਼ ਹੈਗੀਆਂ ਉਹਨਾਂ ਨੂੰ ਦੇ ਕੇ ਆਏ ਹਾਂ ਵੀਰ ਜੀ, ਮਤਲਬ ਅਫਗਾਨ ਫੈਮਲੀ 30 ਫੈਮਲੀਆਂ ਸੀ ਉਹਨਾਂ ਨੂੰ ਫੀਡ ਕੀਤਾ ਅਸੀਂ ਰਾਸ਼ਨ ਦਾ, ਤੇ ਈਵਨ ਇਸ ਤਰ੍ਹਾਂ ਹੀ ਸਾਡਾ ਸੁਲਤਾਨਪੁਰੀ ਅੰਦਰ ਸਿਕਲੀਗੜ੍ਹ ਸਿੱਖ ਸੀ ਉਹਨਾਂ ਨੂੰ ਵੀ ਆਪਾਂ ਫੀਡ ਕਰਕੇ ਆਏ ਵੀਰ ਜੀ, ਉਹ ਤਕਰੀਬਨ 110 ਫੈਮਲੀਆਂ ਨੂੰ ਆਪਾਂ ਫੀਡ ਕਰਕੇ ਆਏ ਹਾਂ ਵੀਰ ਜੀ ਉਸ ਜਗ੍ਹਾ ਦੇ ਉੱਤੇ ਜਾ ਕੇ ਪ੍ਰੀਤਮਪੁਰਾ ਜਾ ਕੇ, ਥੋੜਾ ਸੁਲਤਾਨਪੁਰੀ ਸੀਗਾ ਸਾਈਡ ਜਿਹੜਾ। ਤੇ ਉਸ ਤੋਂ ਬਾਅਦ ਜਨਕਪੁਰੀ ਅੰਦਰ ਵੀ ਆਪਾਂ ਹੁਣ ਆਪਾਂ ਡਰਾਈ ਰਾਸ਼ਨ ਦੇ ਰਹੇ ਹਾਂ ਅਸੀਂ, 500 ਦਾ ਸਾਡਾ ਪੈਕਟ, ਅਸੀਂ ਟਿਲ ਅਸੀਂ ਹਜੇ ਤੱਕ ਅਸੀਂ ਤਕਰੀਬਨ ਮੋਰ ਦੈਨ 1200 ਆਪਾਂ ਅਸੀਂ ਰਾਸ਼ਨ ਡਿਸਟ੍ਰੀਬਿਊਟ ਕਰ ਚੁੱਕੇ ਹਾਂ, ਪੈਕਟਸ ਕਰ ਚੁੱਕੇ ਹਾਂ ਵੀਰ ਜੀ। ਹਰ ਰੋਜ਼ ਹਜ਼ਾਰਾਂ ਪੈਕਟ ਰਸ ਦੇ ਇੱਥੇ ਪਹੁੰਚਾਏ ਜਾ ਰਹੇ ਨੇ। ਮੈਕਸ ਇੰਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਉਹ ਦਿਨ ਰਾਤ ਇਸ ਉਦਮ 'ਚ ਲੱਗੇ ਨੇ। ਯੂਨਾਈਟਿਡ ਸਿੱਖ ਦੇ ਵਲੰਟੀਅਰ ਪੂਰੇ ਇਲਾਕੇ ਵਿੱਚ ਆਪਣੇ ਹੱਥੀਂ ਸੈਨੇਟਾਈਜ਼ ਦਾ ਕੰਮ ਕਰਦੇ ਨੇ, ਮਾਸਕ ਸਮੇਤ ਹੋਰ ਆਸ ਸਮੱਗਰੀ ਬਣ ਰਹੇ ਨੇ, ਇਹਨਾਂ ਨੂੰ ਇਸ ਘਾਤਕ ਮਹਾਮਾਰੀ ਬਾਰੇ ਜਾਗਰੂਕ ਕਰ ਰਹੇ ਨੇ। ਦਲਜੀਤ ਸਿੰਘ, ਯੂਨਾਈਟਿਡ ਸਿੱਖ ਵੱਲੋਂ। ਯੂਨਾਈਟਿਡ ਸਿੱਖ ਇੱਕ ਸੰਸਥਾ ਹੈਗੀ ਹੈ ਇੰਟਰਨੈਸ਼ਨਲ ਬੇਸ, ਜੋ ਆਲ ਓਵਰ ਵਰਲਡ ਇਹ ਜਿਹੜੀ ਐਪੀਡੈਮਿਕ ਆਈ ਹੈ ਇਹਦੇ ਉੱਪਰ ਕੰਮ ਕਰ ਰਹੀ ਹੈ, ਜਿਹਦੇ ਅੰਦਰ ਫੂਡ ਮੇਲ, ਡਰਾਈ ਰਾਸ਼ਨ ਅਸੀਂ ਜਗ੍ਹਾ ਜਗ੍ਹਾ ਨੀਡੀਜ਼ ਨੂੰ ਪਹੁੰਚਾ ਰਹੇ ਹਾਂ। ਇਹ ਸਾਡਾ ਪ੍ਰੋਜੈਕਟ ਜਿਹੜਾ ਜੁਆਇੰਟ ਹੈ ਮੈਕਸ ਇੰਡੀਆ ਫਾਊਂਡੇਸ਼ਨ ਨਾਲ, ਅਸੀਂ ਮੈਕਸ ਇੰਡੀਆ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦੇ ਜਿਹੜੇ MD ਨੇ ਅਨਲਜੀਤ ਸਿੰਘ, ਸਾਹਿਲ ਵਛਾਨੀ, ਮੋਹਿਨੀ ਡੀ ਸਿੰਘ, ਸੁਨੀਤਾ ਮੋਹਨ ਅਤੇ ਸਾਡੇ ਜਿੰਨੇ ਵੀ ਵਲੰਟੀਅਰਸ ਨੇ ਯੂਨਾਈਟਿਡ ਸਿੱਖ ਦੇ, ਦਿੱਲੀ ਵਿੱਚ, ਹਰਿਆਣਾ ਵਿੱਚ, UP ਵਿੱਚ, ਪੰਜਾਬ ਵਿੱਚ, ਜੋ ਦਿਨ ਰਾਤ ਕੰਮ ਕਰ ਰਹੇ ਨੇ। ਨਾਲ ਹੀ ਅਸੀਂ ਸਟੇਟ ਪੁਲਿਸ ਜਿਹੜੀ ਹੈ ਦਿੱਲੀ ਪੁਲਿਸ ਅੱਜ ਕੰਮ ਕਰ ਰਹੇ ਹਾਂ, ਦਿੱਲੀ ਪੁਲਿਸ ਦਾ ਧੰਨਵਾਦ ਕਰਦੇ ਹਾਂ ਜੋ ਆਪਣੀ ਲਾਈਫ ਰਿਸਕ 'ਤੇ ਕਰਕੇ ਲੋਕਾਂ ਦੀ ਜਾਨ ਬਚਾਉਣ ਲਈ ਆਪਣਾ ਕੰਮ ਕਰ ਰਹੇ ਨੇ, ਬਿਨਾਂ ਕਿਸੇ ਉਹਦੇ ਭੇਦਭਾਵ ਦੇ, ਕੋਈ ਕਿਸੇ ਧਰਮ ਦਾ, ਕਿਸੇ ਜਾਤ ਦਾ, ਪਾਤ ਦਾ ਇਹ ਨਹੀਂ ਦੇਖਿਆ ਜਾ ਰਿਹਾ, ਸਿਰਫ ਆਪਣੇ ਕੰਟਰੀ ਦਾ ਸਿਟੀਜ਼ਨ ਹੈ ਉਹਨੂੰ ਬਚਾਉਣ ਲਈ ਅਸੀਂ ਕੰਮ ਕਰ ਰਹੇ ਹਾਂ। ਯੂਨਾਈਟਿਡ ਸਿੱਖ ਜਥੇਬੰਦੀ ਕੌਮਾਂਤਰੀ ਪੱਧਰ ਉੱਪਰ ਆਪਣਾ ਫਰਜ਼ ਇਸੇ ਸ਼ਿੱਦਤ ਨਾਲ ਨਿਭਾ ਰਹੀ ਹੈ, ਲੋੜਵੰਦਾਂ ਦਾ ਸਹਾਰਾ ਬਣ ਰਹੀ ਹੈ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਹ ਵਲੰਟੀਅਰ ਦਿਨ ਰਾਤ ਲੱਗੇ ਹੋਏ ਨੇ। ਇਹਨਾਂ ਦਾ ਇੱਕ ਹੀ ਮਕਸਦ ਹੈ, ਕੋਈ ਵੀ ਭੁੱਖਾ ਨਾ ਸੌਵੇ, ਹਰ ਢਿੱਡ ਨੂੰ ਭੋਜਨ ਮਿਲੇ, ਲੋੜਵੰਦਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ। ਇਸ ਜਥੇਬੰਦੀ ਵੱਲੋਂ GB ਰੋਡ ਇਲਾਕੇ ਵਿੱਚ ਨਿਭਾਈ ਜਾ ਰਹੀ ਇਹ ਸੇਵਾ ਕਾਬਲੇ ਤਾਰੀਫ ਹੈ ਤੇ ਪ੍ਰਸ਼ੰਸਾ ਦੇ ਹੱਕਦਾਰ। ਗਲੋਬ ਐਡਵਾਈਸ ਓਵਰਸੀਜ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।